ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਪਹਿਲਾ। ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਵਡਹੰਸ ਰਾਗ ਦੇ ਵਿੱਚ ਸਤਿਗੁਰੂ ਅਲਾਹਣੀਆਂ ਸਰਲੇਖ ਹੇਠ ਬਾਣੀ ਉਚਾਰ ਕਰਕੇ ਕਿਰਪਾ ਕਰ ਰਹੇ ਹਨ। ਆਓ ਪਾਵਨ ਪਵਿੱਤਰ ਵਿਚਾਰ ਦੇ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ। ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਜਿਸ ਵਾਹਿਗੁਰੂ ਨੇ ਜਗ ਸੰਸਾਰ ਨੂੰ ਸਿਰਜ ਪੈਦਾ ਕਰਕੇ ਆਪਣੇ ਆਪ ਵਿੱਚ ਸਮਾਇਆ ਲੀਨ ਕਰ ਲਿਆ ਹੈ, ਉਸ ਸਾਹਿਬ ਮਾਲਕ ਨੂੰ ਉਸਦੀ ਕੁਦਰਤ ਰਚਨਾ ਸ਼ਕਤੀ ਦੁਆਰਾ ਵਿਸ਼ੇਸ਼ ਕਰਕੇ ਜਾਣੋ ਵਾ, ਜਾਣੋ ਜਾਣਨਾ ਕਰੋ। ਸੱਚੜਾ ਦੂਰ ਨ ਭਾਲੀਐ, ਘਟ ਘਟ ਸ਼ਬਦ ਪਛਾਣੋ ਵਾ। ਸੱਚਾ ਮਾਲਕ ਕਿਤੇ ਦੂਰ ਨਾ ਖੋਜਣਾ ਕਰੀਏ, ਉਸ ਸ਼ਬਦ ਬ੍ਰਹਮ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਘਟ ਘਟ ਸਰੀਰਾਂ ਸਰੀਰਾਂ ਵਿੱਚ ਵਾਹ ਤੋਂ ਭਾਵ ਚਾਰੇ ਖਾਣੀਆਂ ਦੇ ਘਟਾਂ ਵਿੱਚ ਵਾਹ ਕਹੀਏ ਵਿਸ਼ੇਸ਼ ਕਰਕੇ ਪਛਾਣੋ, ਪਛਾਣਨਾ ਕਰੋ। ਸੱਚ ਸ਼ਬਦ ਪਛਾਣੋ, ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ। ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਣਨਾ ਕਰੋ ਅਤੇ ਉਸ ਵਾਹਿਗੁਰੂ ਨੂੰ ਕਦੇ ਵੀ ਦੂਰ ਨਾ ਜਾਣਨਾ ਕਰੋ, ਜਿਸ ਨੇ ਪੰਜ ਤੱਤਾਂ ਅਤੇ ਚਾਰੇ ਖਾਣੀਆਂ ਦੁਆਰਾ ਇਹ ਸੰਸਾਰ ਦੀ ਰਚਨਾ ਰਾਚੀ ਕਹੀਏ ਬਣਾਈ ਹੈ। ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ। ਹੇ ਭਾਈ, ਜੇ ਉਸ ਮਾਲਕ ਦੇ ਨਾਮ ਨੂੰ ਧਿਆਉਣਾ ਕਰੀਏ ਤਾਂ ਸੁੱਖ ਸਰੂਪ ਨੂੰ ਪਾ ਲਈਦਾ ਹੈ। ਉਸ ਦੇ ਨਾਵੈ ਨਾਮ ਤੋਂ ਬਗੈਰ ਮਨੁੱਖਾ ਜਨਮ ਦੀ ਪਿੜਬਾਜੀ ਕੱਚੀ ਰਹਿ ਜਾਂਦੀ ਹੈ। ਜਿਨ ਥਾਪੀ ਬਿਧ ਜਾਣੈ ਸੋਈ, ਕਿਆ ਕੋ ਕਹਿ ਵਖਾਣੋ। ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਸਥਾਪਨਾ ਕੀਤੀ ਹੈ, ਭਾਵ ਸਥਾਪਿਤ ਕੀਤੀ, ਉਹ ਆਪ ਹੀ ਪਾਲਣ ਪੋਛਣ ਅਤੇ ਪਰਲੋਂ ਆਦਿ ਦੀ ਵਿਧੀ ਨੂੰ ਜਾਣਦਾ ਹੈ। ਹੋਰ ਕੋਈ ਵੀ ਵਖਾਣੋ ਵਖਿਆਨ ਕਰਕੇ ਕੀ ਕਹਿ ਸਕਦਾ ਹੈ? ਭਾਵ ਚੰਗਾ ਬਗਤਾ ਬਣ ਕੇ ਵੀ ਕੁਝ ਕਿਹਾ ਨਹੀਂ ਜਾ ਸਕਦਾ। ਜਿਨ ਜਗ ਥਾਪ ਬਤਾਇਆ ਜਾਲੋ, ਸੋ ਸਾਹਿਬ ਪਰਵਾਣੋ। ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਸਥਾਪਿਤ ਕਰਕੇ ਮਾਇਆ ਦਾ ਮੋਹ ਰੂਪੀ ਜਾਲ ਬਤਾਇਆ ਹੁੰਦਾ ਵਿਛਾਇਆ ਹੈ, ਉਹ ਸਾਹਿਬ ਮਾਲਕ ਪ੍ਰਵਾਨਿਕ ਹੈ। ਉਸ ਨੂੰ ਆਪਣਾ ਸਾਹਿਬ ਮਾਲਕ ਪ੍ਰਵਾਨ ਕਰੋ। ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਧੈ ਹੈ ਸੰਸਾਰੋ ਵਾ। ਬਾਬਾ ਤੋਂ ਭਾਵ ਕਹੀਏ, ਹੇ ਭਾਈ, ਜੋ ਵੀ ਇਸ ਜਗਤ ਵਿੱਚ ਆਇਆ ਹੈ ਉਸਨੇ ਉੱਠ ਕਰਕੇ ਭਾਵ ਕੂਚ ਕਰਕੇ ਪਰਲੋਕ ਨੂੰ ਚਲੇ ਜਾਣਾ। ਇਹ ਸੰਸਾਰ ਹੋਵਾ, ਸੰਸਾਰ ਵਾ ਕਹੀਏ ਵਿਸ਼ੇਸ਼ ਕਰਕੇ ਅੱਧ ਅਪੰਧ ਹੈ, ਅੱਧ ਭਾਵ ਅੱਧ ਮਾਰਗ ਹੀ ਹੈ, ਭਾਵ ਅੱਧ ਵਿਚਾਲੇ ਜਿਹਾ ਹੈ। ਜੇ ਮਨੁੱਖਾ ਜਨਮ ਨੂੰ ਪਾ ਕੇ ਵਾਹਿਗੁਰੂ ਵੱਲ ਚੱਲ ਪਵੇ ਤਾਂ ਆਪਣੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ, ਜੇ ਸੰਸਾਰ ਵੱਲ ਚੱਲ ਪਵੇ ਤਾਂ 84 ਲੱਖ ਜੂਨ ਦੀ ਕੈਦ ਵਿੱਚ ਪੈਣਾ ਪਵੇਗਾ। ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ।
ਸੱਚੇ ਵਾਹਿਗੁਰੂ ਨੇ ਜੀਵਾਂ ਦੇ ਸਿਰ ਬਸਿਰ ਜੋ ਵੀ ਦੁੱਖ ਸੁੱਖ ਦਾ ਪ੍ਰਾਪਤ ਹੋਣ ਰੂਪ ਲੇਖ ਲਿਖਿਆ ਹੈ, ਇਸ ਨੂੰ ਜੀਵਾਂ ਦੇ ਪੁਰਬਲੇ ਕਰਮਾਂ ਅਨੁਸਾਰ ਹੀ ਪ੍ਰਾਪਤ ਹੋਇਆ। ਵਿਸ਼ਾ ਵਾ ਕਹੀਏ ਵਿਸ਼ੇਸ਼ ਕਰਕੇ ਵਿਚਾਰੋ ਵਿਚਾਰਨਾ ਕਰੋ, ਦੁੱਖ ਸੁੱਖ ਦੀਆ ਜਿਹਾ ਕੀਆ ਸੋ ਨਿਭੈ ਜੀ ਨਾਲੇ। ਜਿਹੋ ਜਿਹਾ ਕਰਮ ਜੀਵ ਨੇ ਪੂਰਬਲੇ ਸਮੇਂ ਵਿੱਚ ਕੀਤਾ ਸੀ ਉਸੇ ਅਨੁਸਾਰ ਹੁਣ ਵਾਹਿਗੁਰੂ ਨੇ ਦੁੱਖ ਸੁੱਖ ਦੇਣਾ ਕੀਤਾ ਹੈ, ਉਹ ਹੀ ਜੀਵਾਂ ਦੇ ਨਾਲੇ ਸਾਥ ਨਿਭਦਾ ਹੈ। ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ। ਹੁਣ ਜਿਸ ਪ੍ਰਕਾਰ ਦੇ ਕਰਤਾ ਰਚਣਹਾਰ ਕਰਨਹਾਰ ਪ੍ਰਭੂ ਕਰਮ ਕਰਾਉਂਦਾ ਹੈ ਉਹੋ ਜਿਹੇ ਹੀ ਕਰੇ, ਅਤੇ ਇਸ ਤੋਂ ਇਲਾਵਾ ਹੋਰ ਦੂਸਰੀ ਕਾਰ ਨੂੰ ਖੋਜਣਾ ਨਾ ਕਰੇ, ਦੂਜੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਕਾਰ ਨਾ ਖੋਜਣਾ ਕਰੇ, ਇੱਧਰ ਉੱਧਰ ਨਾ ਭਟਕਣਾ ਕਰੇ। ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛਡਾਵਣ ਹਾਰੋ। ਪਰਮੇਸ਼ਰ ਤਾਂ ਆਪ ਨਿਰਾਲਮ ਨਿਰਲੇਪ ਰਹਿੰਦਾ ਹੈ ਅਤੇ ਸਾਰੀ ਸ੍ਰਿਸ਼ਟੀ ਮਾਇਆ ਦੇ ਧੰਦਿਆਂ ਵਿੱਚ ਬੰਨ੍ਹੀ ਹੋਈ ਹੈ। ਆਪ ਹੀ ਗੁਰਾਂ ਦੁਆਰਾ ਜੀਵਾਂ ਨੂੰ ਹੁਕਮ ਬੁਝਾ ਕਰਕੇ ਬ੍ਰਹਮ ਗਿਆਨ ਦੇ ਕੇ ਛੁਡਾਉਣ ਵਾਲਾ ਹੈ। ਅੱਜ ਕੱਲ੍ਹ ਕਰਦੇ ਅਕਾਲ ਵਿਆਪੈ ਦੂਜੈ ਭਾਈ ਵਿਕਾਰੋ। ਪਰੰਤੂ ਜੀਵ ਧੰਦੇ ਵਿੱਚ ਫਸੇ ਹੋਏ ਕਹਿੰਦੇ ਹਨ ਅੱਜ ਭਜਨ ਨਹੀਂ ਕੀਤਾ ਜਾਂਦਾ, ਸਮਾਂ ਥੋੜ੍ਹਾ ਹੈ, ਚਲੋ ਕੋਈ ਗੱਲ ਨਹੀਂ, ਫੇਰ ਕੀ ਹੋਇਆ, ਕੱਲ੍ਹ ਨੂੰ ਕਰ ਲਵਾਂਗੇ। ਇਉਂ ਕਰਦਿਆਂ ਅੱਜ ਕੱਲ੍ਹ ਕਰਦਿਆਂ ਅੰਤ ਕਾਲ ਸਮਾਂ ਆ ਵਿਆਪਦਾ, ਭਾਵ ਮੌਤ ਚਿੰਬੜ ਜਾਂਦੀ। ਪਰ ਇਹ ਸਾਰੀ ਉਮਰ ਦਵੈਤ ਭਾਵ ਵਿੱਚ ਵਿਕਾਰੋ ਖੋਟੀਆਂ ਕਾਰਾਂ ਵਿਅਰਥ ਕੰਮ ਹੀ ਕਰਦਾ ਰਹਿੰਦੇ ਆ। ਜਮ ਮਾਰਗ ਪੰਥ ਨ ਸੁੱਜਈ ਉੱਜੜ ਅੰਧ ਗੁਬਾਰੋ ਵਾ। ਪੰਥੀਆਂ ਭਾਵ ਜੀਵਾਂ ਨੂੰ ਧਰਮਰਾਜ ਦੇ ਦਰ ਦਾ ਮਾਰਗ ਰਸਤਾ ਨਹੀਂ ਸੁੱਝਦਾ, ਭਾਵ ਦਿਸਦਾ ਨਹੀਂ। ਜੋ ਜੰਮਣ ਮਰਨ ਦਾ ਮਾਰਗ ਹੈ ਇਸ ਰਸਤੇ ਵਿੱਚ ਪਏ ਹੋਏ ਜੀਵਾਂ ਨੂੰ ਮੁਕਤ ਹੋਣਾ ਨਹੀਂ ਸੁੱਝਦਾ, ਸਗੋਂ ਸੰਸਾਰ ਰੂਪੀ ਉਜਾੜ ਵਿੱਚ ਅਗਿਆਨ ਦੇ ਗੁਬਾਰੋ ਹਨੇਰੇ ਵਿੱਚ ਵਾਹ ਵਿਸ਼ੇਸ਼ ਕਰਕੇ ਫਸੇ ਰਹਿੰਦੇ ਆ। ਸੋ ਗਰੜ ਪੁਰਾਣ ਵਿੱਚ ਮਾਤ ਲੋਕ ਤੋਂ ਜਮ ਮਾਰਗ ਦਾ ਰਸਤਾ ਇਹ 86,000 ਯੋਜਨ ਦੱਸਿਆ ਹੈ। ਜਮਦੂਤ ਦੁਆਰਾ ਹਰ ਰੋਜ਼ ਜੀਵਾਂ ਨੂੰ 200 ਕੋਹ ਉੱਪਰ ਲਿਜਾਇਆ ਜਾਂਦਾ, ਪਾਪੀਆਂ ਨੂੰ ਧੂ ਧੂ ਕੇ ਅਤੇ ਪੁੰਨੀਆਂ ਨੂੰ ਅਸਵਾਰੀਆਂ ਨਾਲ ਲਿਜਾਂਦੇ ਹਨ। ਗ੍ਰੰਥ ਅਨੁਸਾਰ ਕਹਿੰਦੇ ਹਨ ਕਿ ਪਾਪੀ ਪੁੰਨੀ ਦੋਵੇਂ 1 ਸਾਲ ਤੱਕ ਜਮ ਲੋਕ ਵਿੱਚ ਦੁੱਖ ਭੋਗਦੇ ਹੋਏ ਪਹੁੰਚਦੇ ਹਨ। ਸੋ ਗਰੜ ਪੁਰਾਣ ਦੇ ਬਚਨ ਹਨ, ਸਹਿਸ 88 ਯੋਜਨ ਭੂਰੀ ਮ੍ਰਿਤ ਲੋਕ ਤੇ ਜਮਪੁਰ ਦੂਰੀ, 8 ਹੈ ਠੌਰ ਮਗ ਮੈਂ ਭਾਰੀ ਘੋਰ ਕਸ਼ਟ ਪਾਵਹਿ ਨਰ ਨਾਰੀ। ਇਸ ਰਸਤੇ ਵਿੱਚ ਕੁਝ ਵੀ ਦਿਸਦਾ ਨਹੀਂ, ਜਿਵੇਂ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਆਪਣੇ ਸ਼ਸਤਰ ਵਿੱਦਿਆ ਦੇ ਗੁਰੂ ਸੰਦੀਪਨ ਜੀ ਨੂੰ ਗੁਰੂ ਦਕਸ਼ਿਣਾ ਮੰਗਣ ਲਈ ਕਿਹਾ ਤਾਂ ਉਸਨੇ ਕਿਹਾ ਕਿ ਮੈਨੂੰ ਆਪਣੀ ਘਰਵਾਲੀ ਤੋਂ ਪੁੱਛ ਲੈਣ ਦੇ। ਤਦ ਉਸਨੇ ਕਿਹਾ ਕਿ ਜੋ ਜਮ ਨੇ ਮੇਰੇ ਪੁੱਤਰ ਮਾਰ ਲਏ ਹਨ ਉਹਨਾਂ ਨੂੰ ਕ੍ਰਿਸ਼ਨ ਲਿਆ ਕੇ ਦੇ ਦੇਵੇ। ਉਸ ਵੇਲੇ ਕ੍ਰਿਸ਼ਨ ਭਗਵਾਨ ਜਮਪੁਰੀ ਨੂੰ ਗਏ ਅਤੇ ਜੋ ਇਹਨਾਂ ਦਾ ਰਥਵਾਹੀ ਸੀ ਉਸਨੇ ਕਿਹਾ ਕਿ ਭਗਵਾਨ ਜੀ ਮੈਨੂੰ ਰਸਤਾ ਕੁਝ ਸਾਫ਼ ਨਹੀਂ ਦਿਸਦਾ। ਤਾਂ ਕ੍ਰਿਸ਼ਨ ਨੇ ਕਿਹਾ ਕਿ ਹੇ ਰਥਵਾਨ, ਇਹ ਇਤਨਾ ਭਿਆਨਕ ਕੁੱਪ ਹਨੇਰੇ ਦਾ ਰਸਤਾ ਹੈ, ਜੇਕਰ ਇੱਥੇ 12 ਸੂਰਜ ਵੀ ਚੜ ਜਾਣ ਤਾਂ ਵੀ ਕਾਲੇ ਤਵੇ ਵਰਗੇ ਹੋ ਜਾਣਗੇ, ਭਾਵ ਇੱਥੇ ਰੋਸ਼ਨੀ ਨਹੀਂ ਕਰ ਸਕਣਗੇ। ਜੋ ਕੁਝ ਅਸੀਂ ਰਸਤਾ ਦੇਖ ਰਹੇ ਹਾਂ
ਉਹ ਸੁਦਰਸ਼ਨ ਚੱਕਰ ਦੀ ਲੋਹ ਨਾਲ ਹੀ ਵੇਖ ਰਹੇ ਹਾਂ। ਇਉਂ ਕ੍ਰਿਸ਼ਨ ਜੀ ਨੇ ਸੰਦੀਪਨ ਦੇ 8 ਪੁੱਤਰ ਵਾਪਸ ਲੈ ਕੇ ਆਉਂਦੇ ਸਨ। ਸੋ ਭਾਵ ਕਿ ਉੱਥੇ ਬਹੁਤ ਭਿਆਨਕ ਰਸਤਾ ਅਤੇ ਹਨੇਰਾ ਹੀ ਹਨੇਰਾ ਹੈ। ਜਮ ਕਹੀਏ ਜੰਮਣ ਮਰਨ ਦੇ ਮਾਰਗ ਦਾ ਰਸਤਾ ਨਹੀਂ ਸੁੱਝਦਾ ਕਿ ਕਿੰਨੀਆਂ ਕੁ ਜੂਨਾਂ ਭੋਗਣੀਆਂ ਪੈਣਗੀਆਂ, ਜਿਵੇਂ ਸੁਖਦੇਵ ਮੁਨੀ ਨੇ ਆਪਣੇ ਅਨੇਕਾਂ ਜਨਮ ਗਿਣਾਏ ਸਨ। ਨਾ ਜਲ ਲੇਫ ਤੁਲਾਈਆ, ਨਾ ਭੋਜਨ ਪਰਕਾਰੋਵਾ। ਉਸ ਰਸਤੇ ਵਿੱਚ ਪੀਣ ਲਈ ਨਾ ਕੋਈ ਜਲ ਪਾਣੀ ਮਿਲਣਾ, ਨਾ ਹੇਠਾਂ ਵਿਛਾਉਣ ਨੂੰ ਤੁਲਾਈਆ ਤੁਲਾਈ, ਅਤੇ ਨਾ ਉੱਪਰ ਲੈਣ ਨੂੰ ਲੇਫ ਰਜਾਈ ਮਿਲਣੀ, ਅਤੇ ਨਾ ਹੀ ਅਨੇਕਾਂ ਪ੍ਰਕਾਰੋ ਕਿਸਮਾਂ ਦਾ ਵਾ ਵਿਸ਼ੇਸ਼ ਕਰਕੇ ਭੋਜਨ ਮਿਲਣਾ। ਮਨੁੱਖਾ ਜਨਮ ਦਾ ਸਮਾਂ ਖੁੰਝ ਜਾਣ ਕਰਕੇ ਪਰਲੋਕ ਦੇ ਰਸਤੇ ਨਾ ਪ੍ਰੇਮ ਰੂਪੀ ਜਲ ਮਿਲਣਾ ਹੈ, ਨਾ ਭਗਤੀ ਰੂਪੀ ਤਲਾਈ, ਅਤੇ ਨਾ ਹੀ ਗਿਆਨ ਰੂਪੀ ਰਜਾਈ ਪ੍ਰਾਪਤ ਹੋਣੀ ਹੈ, ਨਾ ਹੀ ਵਿਸ਼ੇਸ਼ ਕਰਕੇ ਸਰਵਣ ਮੰਨਣ ਰੂਪੀ ਅਨੇਕਾਂ ਪ੍ਰਕਾਰ ਦੇ ਭੋਜਨ ਮਿਲਣੇ ਹਨ। ਭੋਜਨ ਭਾਵ ਨਾ ਠੰਡਾ ਪਾਣੀ, ਨਾ ਕਾਪੜ ਸੀਗਾਰੋ। ਨਾ ਕਿਸੇ ਨੇ ਕੋਈ ਭੋਜਨ ਭਾਉ ਆਦਰ ਦੇਣਾ ਹੈ, ਅਤੇ ਨਾ ਹੀ ਕਿਸੇ ਨੇ ਪਿਆਸ ਲੱਗੀ ਤੋਂ ਠੰਡਾ ਪਾਣੀ ਪਿਆਉਣਾ, ਨਾ ਪਹਿਰਨ ਨੂੰ ਕਾਪੜ ਬਸਤਰ, ਅਤੇ ਨਾ ਹੀ ਸੀਗਾਰੋ ਸੁਹੱਪਣ ਸਮੱਗਰੀ ਦਾ ਸਮਾਨ ਮਿਲਣਾ ਹੈ। ਗਲ ਸੰਗਲ ਸਿਰ ਮਾਰੇ ਉਬੋ, ਨਾ ਦੀਸੈ ਘਰ ਬਾਰੋ। ਉਸ ਵੇਲੇ ਤਾਂ ਜੰਮ ਗਲੇ ਵਿੱਚ ਸੰਗਲ ਪਾ ਕੇ ਸਿਰ ਦੇ ਉੱਪਰ ਉਬੋ, ਊੜੇ ਨੂੰ ਦੁਲੈਂਕੜ ਹਨ, ਊ ਅਤੇ ਭੱਬੇ ਨੂੰ ਕਨੌੜਾ ਹੈ, ਇਸ ਨੂੰ ਉਬੋ ਨਹੀਂ ਕਹਿਣਾ। ਥੋੜ੍ਹਾ ਜਿਹਾ ਮੂੰਹ ਖੋਲ੍ਹ ਕੇ ਉਬੋ ਕਹਿੰਦੇ, ਉਬੋ ਮੀਨਿੰਗ ਖਲੋਤੇ ਹੋਏ ਸੋਟੇ ਮਾਰਨਗੇ, ਅਤੇ ਲੁਕਣ ਛਿਪਣ ਵਾਸਤੇ ਕੋਈ ਘਰ ਬਾਰ ਵੀ ਨਹੀਂ ਦਿਸਦਾ। ਇਬ ਕੇ ਰਾਹੇ ਜੰਮਨ ਨਾਹੀ, ਪਛਤਾਣੇ ਸਿਰ ਭਾਰੋ। ਉਸ ਵੇਲੇ ਮਾਰ ਪੈਂਦੀ ਤੋਂ ਜੀਵ ਜਮਾਂ ਨੂੰ ਕਹਿੰਦਾ, ਮੈਨੂੰ ਹੁਣ ਨਾਮ ਜਪ ਲੈਣ ਦੇ। ਤਦੋਂ ਅੱਗੇ ਜਾਮਿਓ ਕਹਿਣਗੇ ਕਿ ਇਬ ਤੋਂ ਭਾਵ ਹੋਣ ਦੇ ਬੀਜੇ ਹੋਏ ਸ੍ਰੇਸ਼ਟ ਕਰਮਾਂ ਦੇ ਬੀਜ ਉੱਗ ਨਹੀਂ ਸਕਦੇ, ਫਿਰ ਸਿਰ ਉੱਪਰ ਪਾਪਾਂ ਦਾ ਭਾਰੋ ਬੋਝ ਦੇਖ ਕੇ ਪਛਤਾਉਣਾ ਪਵੇਗਾ, ਮਾਤਾ ਦੇ ਗਰਭ ਵਿੱਚ ਸਿਰ ਭਾਰ ਲਮਕਦਾ ਪਛਤਾਉਂਦਾ ਰਹੇਗਾ। ਬਿਨ ਸਾਚੇ ਕੋ ਬੇਲੀ ਨਾਹੀਂ, ਸਾਚਾ ਇਹ ਹੋ ਵਿਚਾਰੋ। ਉਸ ਭਿਆਨਕ ਰਸਤੇ ਵਿੱਚ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਕੋਈ ਵੀ ਬੇਲੀ ਸਹਾਇਕ ਨਹੀਂ, ਇਹੋ ਹੀ ਸੱਚਾ ਵਿਚਾਰੋ ਵਿਚਾਰ ਅਸਾਂ ਨੇ ਦੱਸਿਆ ਹੈ। ਬਾਬਾ ਰੋਵੈ ਰਵੈ ਸੋ ਜਾਣੀਐ ਹੈ, ਮਿਲ ਰੋਵੈ ਗੁਣ ਸਾਰੇ ਵਾ। ਪਿੱਛੇ ਜਾਣੋਵਾ ਪ੍ਰਕਾਰੋਵਾ ਆਇਆ ਸੀ, ਹੁਣ ਇੱਥੇ ਜਿਹੜੀ ਲੈ ਹੈ ਪਾਠ ਦੀ ਉਹ ਹੈ ਸਾਰੇ ਵਾ, ਭਾਵ ਰਾਰੇ ਨੂੰ ਲਾਮ। ਇਸ ਤਰ੍ਹਾਂ ਅੱਗੇ ਜਾ ਕੇ ਜਿਹੜੀ ਹੈ ਉਹ ਫਿਰ ਰਾਰੇ ਨੂੰ ਲਾਮ, ਫਿਰ ਅੱਗੇ ਜਾ ਕੇ ਇਸ ਤਰ੍ਹਾਂ ਹੋੜੇ ਦੇ ਜਿਹੜੀ ਵਿਚਾਰ ਚਾਲ ਚੱਲੇਗੀ। ਸਤਿਗੁਰੂ ਫਰਮਾਉਂਦੇ ਹਨ, ਬਾਬਾ ਹੇ ਭਾਈ, ਜੋ ਪਰਮੇਸ਼ਰ ਦੇ ਜਸ ਨੂੰ ਵਿਰਾਗ ਦੇ ਸਹਿਤ ਉਚਾਰਨ ਵਿੱਚ ਰੋਣਾ ਕਰੇ, ਉਸਦਾ ਰੋਣਾ ਹੀ ਸ੍ਰੇਸ਼ਟ ਜਾਣੀਦਾ ਹੈ, ਅਤੇ ਸੰਤ ਜਨਾਂ ਨਾਲ ਮਿਲ ਕੇ ਵੀ ਪ੍ਰਭੂ ਦੇ ਗੁਣਾਂ ਨੂੰ ਸੰਭਾਲਣ ਵਿੱਚ ਵਾ ਵਿਸ਼ੇਸ਼ ਕਰਕੇ ਰੋਣਾ ਕਰੇ। ਐਸਾ ਰੋਣਾ ਭਾਵ ਵਿਰਾਗ ਸਹਿਤ ਹੋਣਾ ਅਤਿਅੰਤ ਸ੍ਰੇਸ਼ਟ ਹੈ। ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ। ਸਾਰੀ ਸ੍ਰਿਸ਼ਟੀ ਮਾਇਆ ਦੀ ਮੋਹੀ ਲੁੱਟੀ ਹੋਈ ਰੋਂਦੀ ਹੈ, ਪਿੱਟਦੀ ਹੈ, ਇਉਂ ਵਾ ਵਿਸ਼ੇਸ਼ ਕਰਕੇ ਧੰਦਿਆਂ ਕੰਮਾਂ ਕਾਰਾਂ ਦੇ ਰੋਣ ਵਾਲੀ ਹੋ ਰਹੀ।
ਧੰਦਾ ਰੂਵੈ ਮੈਲ ਨ ਧੋਵੈ ਸੁਪਨੰਤਰ ਸੰਸਾਰ। ਧੰਦਿਆਂ ਵਾਸਤੇ ਤਾਂ ਸਭ ਕੋਈ ਰੋਂਦੇ ਹਨ, ਪਰ ਪਾਪਾਂ ਅਵਿੱਦਿਆ ਦੀ ਮੈਲ ਨੂੰ ਨਹੀਂ ਧੋਂਦੇ। ਇਉਂ ਸੰਸਾਰੋ ਜਗਤ ਰੂਪੀ ਸੁਪਨੇ ਦੇ ਅੰਦਰ ਹੀ ਫਸੇ ਰਹਿੰਦੇ ਆ। ਜਿਉਂ ਬਾਜੀ ਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰ। ਜਿਵੇਂ ਕੋਈ ਬਾਜੀਗਰ ਖੇਡ ਦਿਖਾਉਣ ਵਾਲੇ ਨਟ ਦਾ ਤਮਾਸ਼ਾ ਦੇਖ ਕੇ ਭਰਮ ਵਿੱਚ ਭੁੱਲ ਜਾਵੇ, ਇਉਂ ਈਸ਼ਰ ਰੂਪੀ ਬਾਜੀਗਰ ਨੇ ਸੰਸਾਰ ਰੂਪੀ ਭਰਮ ਪਾ ਕੇ ਅਨੇਕਾਂ ਤਰ੍ਹਾਂ ਦੇ ਪਦਾਰਥ ਦਿਖਾ ਦਿੱਤੇ ਹਨ ਅਤੇ ਇਹਨਾਂ ਦੇ ਭਰਮ ਵਿੱਚ ਜੀਵ ਭੁੱਲ ਜਾਂਦੇ ਹਨ। ਇਉਂ ਝੂਠੇ ਹੰਕਾਰ ਵਿੱਚ ਸ੍ਰਿਸ਼ਟੀ ਲੁੱਟੀ ਹੋਈ ਹੈ। ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ। ਪਰਮੇਸ਼ਰ ਆਪ ਹੀ ਗੁਰਾਂ ਦੀ ਸੰਗਤ ਦੁਆਰਾ ਭਾਉ ਭਗਤੀ ਦੇ ਸਹਿਤ ਗਿਆਨ ਦੇ ਮਾਰਗ ਰਸਤੇ ਉੱਪਰ ਪਾਉਣ ਵਾਲਾ ਹੈ ਅਤੇ ਆਪ ਹੀ ਅਧਿਕਾਰੀ ਰੂਪ ਹੋ ਕੇ ਨਿਸ਼ਕਾਮ ਕਰਮਾਂ ਨੂੰ ਕਮਾਉਂਦਾ ਹੈ। ਸੰਚਿਤ ਪਰਾਲਬਦ ਕਿਰੇਮਾਨ ਕਰਮਾਂ ਨੂੰ ਕਮਾਉਣ ਵਾਲਾ ਜੀਵ ਰੂਪ ਹੈ। ਨਾਮ ਰੱਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਨਾਮੀ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਆ ਉਹਨਾਂ ਨੂੰ ਪੂਰਨ ਸਤਿਗੁਰਾਂ ਨੇ ਜੰਮਣ ਮਰਨ ਤੋਂ ਜਮਾਂ ਤੋਂ ਰੱਖ ਲਿਆ ਹੈ। ਉਹ ਸਹਿਜ ਸੁਭਾਵਕ ਅਤੇ ਸੁਭਾਏ ਸ਼ੋਭਨੀਕ ਹੋਏ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।